ਤੁਹਾਡੇ ਮਹਿਲ ਦੇ ਵਿੱਚ ਕਦੇ ਆਓ ਤੁਸੀਂ? ਅੱਛਾ, ਤੁਹਾਨੂੰ ਦੱਸੀ ਥੇਵਾ ਕੀ ਹੁੰਦੀ ਆ? ਆਓ ਚੱਲੀਏ ਫਿਰ ਜੀ। ਸਾਨੂੰ ਤੇ ਪਤਾ ਹੈ ਟੇਵਾ ਕੀ ਹੁੰਦੀ ਆ। ਤੁਹਾਡੇ ਮਹਿਲ ਦੇ ਵਿਚ ਕਿੰਨੇ ਕੁ ਕਮਰੇ ਹੋਣਗੇ? ਰੈਂਟ ਤੇ ਨੀ ਲੈਣਾ ਰਾਜ ਸਾਹਿਬ, ਮੈਂ ਕਦੀ ਰਾਜ ਮਹਿਲ ਚ ਗਿਆ ਨੀ ਨਾ, ਕਦੀ ਵੱਡੇ ਮਹਿਲਾਂ ਦੇ ਵਿੱਚ ਮੇਰਾ ਕਦੀ ਚੱਕਰ ਨਹੀਂ ਲੱਗਾ। ਕਿੰਨੇ ਕੁ ਕਮਰੇ ਹੋਣਗੇ? ਦੇਖੋ ਜੀ, ਜਿੱਦਾਂ ਆਪਣੇ ਹਾਲ ਨੀ ਹੁੰਦਾ ਇੱਕ ਹੈ ਹਾਲ ਹੀ ਵੱਡਾ, ਮੇਰਾ ਤਾਂ ਐਕਟ ਬਾਤੀ ਥੋੜੇ ਪਾਤੇ ਤੋਤੀਆਂ ਤੋਤੀਆਂ ਲੱਦੀਆਂ। ਤੋਤੀਆਂ ਕਿਉਂ? ਮਤਲਬ ਤੋਤੇ ਕਿਉਂ ਨਹੀਂ? ਤੋਤੇ ਜੀ ਤੁਹਾਨੂੰ ਤਾਂ ਦਾ ਤੁਹਾਡਾ ਮੂੰਹ ਹੈ ਤੇ ਤੁਹਾਡਾ ਕਿਹਦਾ ਅੱਛਾ। ਮੈਨੂੰ ਰਾਜ ਸਾਹਿਬ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਮਰੇ ਬਹੁਤ ਜ਼ਿਆਦਾ, ਤੇ ਮੈਂ ਤਾਂ ਇਹ ਵੀ ਸੁਣਿਆ ਕਿ ਜਿਹੜੇ ਮਹਿਲਾਂ ਦੇ ਵਿੱਚ ਉਹ ਪਾਣੀ ਵਾਲੇ ਤਲਾਬ ਬਹੁਤ ਹੁੰਦੇ ਆ, ਵੱਡੇ ਵੱਡੇ ਉਹ ਹੁੰਦੇ ਆ ਜਿਸ ਤੋਂ ਪਾਣੀ ਨਿਕਲਦਾ, ਪਾਣੀ ਪੰਪ ਹੁੰਦੇ ਆ, ਨਲਕੇ ਹੁੰਦੇ ਵੱਡੇ ਵੱਡੇ ਸੋਹਣੇ ਸੋਹਣੇ, ਹੈ ਤਲਾਬ ਕਿੰਨੇ ਤਲਾਬ ਆ ਤੁਹਾਡੇ ਪੂਰੇ ਮਹਿਲ ਚ? ਤਿੰਨ। ਤੇ ਮੂੰਹ ਕਿਉਂ ਨੀ ਧੋਂਦੇ ਤੁਸੀਂ? ਦੇਖੋ ਨਾ ਕਦੇ ਟਰਾਈ ਕਰੋ, ਕੀ ਪਤਾ ਕਿ ਇਹ ਪਾਣੀ ਦਾ ਅਸਰ ਹੋਈ ਜਾਵੇ। ਅਸੀਂ ਮੂੰਹ ਨਹੀਂ ਧੋਂਦੇ ਆਪ, ਸਾਡੇ ਬੰਦੇ ਦਿੱਤੇ, ਮੈਂ ਉਹਨੂੰ ਸੁੱਤਾ ਪਿਆ ਉਹਨਾਂ ਜਦੋਂ ਧੋ ਦਿੰਦੇ। ਅੱਛਾ, ਉਹਨੂੰ ਤੁਸੀਂ ਸੁੱਤੇ ਪਏ? ਮੈਂ ਸੁੱਤਾ ਪਿਆ, ਬੰਦੇ ਦਿੱਤੇ ਆ ਮੇਰੇ। ਬੁਰਸ਼ ਵੀ ਕਰਾ ਜਾਂਦੇ ਤੁਹਾਨੂੰ? ਇਹ ਬੁਰਸ਼ ਦਾ ਆਪ ਦਾਦਾ, ਮੈਂ ਕਿਹਾ ਸ਼ਾਇਦ ਸੁੱਤੇ ਪਏ ਹੁੰਦੇ, ਬੁਰਸ਼ ਵੀ ਕਰਾ ਜਾਂਦੇ। ਤੇ ਵਿਆਹ ਵੇਲੇ ਤੁਹਾਡੇ ਬੰਦੇ ਜਾਂਦੇ ਕਿ ਮਤਲਬ ਤੁਸੀਂ ਜਾਂਦੇ ਹੁੰਦੇ ਵਿਆਹ ਕਰਾਉਣ? ਮਤਲਬ ਤੁਸੀਂ ਬੰਦੇ ਰੱਖੇ ਹੋਣਾ ਹਰ ਕੰਮ ਵਾਸਤੇ? ਦੇਖੋ ਤੋਤੋ ਤਾਂ ਮੈਂ ਤੀ ਆਪ ਪਾਦੇ ਆ, ਤੋਤੋ ਤਾਂ ਤੋਤੋ ਛੱਡ ਦੋ ਇਸ ਗੱਲ ਨੂੰ। ਅੱਛਾ ਮੈਨੂੰ ਰਾਜ ਸਾਹਿਬ, ਮੈਨੂੰ ਆਪਣੇ ਮਹਿਲ ਬਾਰੇ ਦੱਸੋ ਯਾਰ ਪਲੀਜ਼ ਕੁਛ। ਮੈਂ ਮਤਲਬ ਅੱਛਾ, ਤੁਹਾਡੇ ਉੱਥੇ ਗਾਉਣ ਵਜਾਉਣ ਵਾਲੇ ਵੀ ਬੜੇ ਆਉਂਦੇ ਹੋਣੇ? ਬਹੁਤ ਤਵੀ ਦਵਾ ਲੱਦੇ ਤਾਦੇ ਵੀ। ਅੱਛਾ, ਵਾਹ ਵਾਹ ਵਾਹ, ਤੁਹਾਨੂੰ ਵੀ ਆਉਂਦੀ ਕਵਿਤਾ? ਇਹ ਤਾਂ ਉਹਦੇ ਨਿੱਤੇ ਨਿੱਤੇ ਵੀ ਆਉਂਦੇ ਆ, ਇਸ ਤੋਂ ਵੀ ਨਿੱਕੇ ਨਿੱਕੇ ਆਉਂਦੇ ਜਿਨ੍ਹਾਂ ਦੀ ਥੋਡੀ ਧਰਤੀ ਨਾਲ ਲੱਦੀ ਆ। ਅੱਛਾ, ਥੋਡੀ ਉਹਨਾਂ ਦੀ ਧਰਤੀ ਨਾਲ ਐਦਾਂ ਚੁੱਕਦੇ ਨੇ ਸਾਨੂੰ? ਰਾਜ ਸਾਹਿਬ, ਜਦੋਂ ਤੁਹਾਡੇ ਮਹਿਲ ਦੇ ਵਿੱਚ ਕੋਈ ਚੰਗਾ ਗਾਉਂਦਾ ਤੇ ਉਹਨੂੰ ਫਿਰ ਤੁਸੀਂ ਇਨਾਮ ਚ ਕੀ ਦਿੰਦੇ ਹੋ? ਅਸੀਂ ਥੋਨੇ ਦੇ ਉਹ ਥਿੱਤੇ, ਥੋਨੇ ਕਟਥੋਨੇ ਦੇ ਸਿੱਕੇ ਨਹੀਂ, ਥੋਨੇ ਦੇ। ਅੱਛਾ, ਸੋਨੇ ਦੇ ਸਿੱਕੇ, ਗੋਲਡ ਥਿੱਤੇ। ਇਹ ਤੇਰੇ ਕੋਲ ਸਿੱਧਾ ਸਿੱਧਾ ਮੌਕਾ ਹੈਗਾ ਹੀ ਉਹ, ਜੇ ਤੂੰ ਗਾਲਿਆ ਸੋਨਾ ਹਾਂਜੀ ਸਰ, ਤੇ ਇਹ ਫਿਰ ਤੈਨੂੰ ਹੋ ਸਕਦਾ ਆਪਣੇ ਮਹਿਲ ਦੇ ਵਿੱਚ ਬੁਲਾ ਕੇ ਸੈਨਿਕਾਂ ਕੋਲੋਂ ਚੁੰਝਾ ਮਰਵਾਉਣ। ਮੇਰਾ ਮਤਲਬ ਤੈਨੂੰ ਕੁਛ ਨਾ ਕੁਛ ਸੋਨੇ ਦੇ ਸਿੱਕੇ ਦੇਣ, ਤੇ ਮੌਕਾ ਹੈ ਕੁਛ ਸੁਣਾ ਦੇ ਰਾਜਾ। ਤੇ ਦੇ ਇਹਨੇ ਦਲਤ ਸੁਣਾਇਆ ਤੇ ਮੈਂ ਆਪੇ ਸੈਨਿਕਾਂ ਤੇ ਆਪਣੇ ਜਿਹੜੇ ਨੱਕ ਤੇ ਬਰਛੇ ਮੰਗਵਾਉਣੇ। ਅੱਛਾ ਅੱਛਾ ਅੱਛਾ, ਮੈਨੂੰ ਲੱਗਾ ਸ਼ਾਇਦ ਇਹਦੀ ID ਬੰਦ ਕਰਾ ਦੇ। ਹਾਂ ਚਲੋ, ਜੋਗੀਆਂ ਦੇ ਕੰਨਾਂ ਵਿੱਚ ਮੈਂ ਵੀ ਗਾਉਂਗਾ, ਮੈਨੂੰ ਵੀ ਦੋ ਸਿੱਕੇ ਚਾਹੀਏ। ਕੱਚ ਦੀਆਂ ਮੁੰਦਰਾਂ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚ ਤੇਰਾ ਮੂੰਹ ਦਿਸਦਾ ਵੇ, ਮੈਂ ਜਿਹੜੇ ਪਾਸੇ ਜਾਵਾਂ ਮੈਨੂੰ ਤੂੰ ਦਿਸਦਾ ਵੇ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ। ਇੱਕ ਕੁੱਗੀਆਂ ਦਾ ਜੋੜਾ ਸੀ ਕਲੋਲ ਕਰਦਾ, ਮੇਰਾ ਤਤੜੀ ਦਾ ਦਿਲ ਰਹਿੰਦਾ ਹੋ ਕੇ ਪਰਦਾ, ਮੇਰਾ ਤਕੜੀ ਦਾ ਦਿਲ ਰਹਿੰਦਾ ਹੋ ਕੇ ਪਰਦਾ, ਮੈਂ ਹੀਰ ਹਿਜਰ ਵਿੱਚ ਮੋਹੀ ਵੇ, ਮੈਂ ਰੋ ਰੋ ਕਮਲੀ ਹੋਈ, ਮੈਂ ਹੀਰ ਹਿਜਰ ਵਿੱਚ ਮੋਹੀ ਵੇ, ਮੈਂ ਰੋ ਰੋ ਕਮਲੀ ਹੋਈ। ਲੋਕ ਅੱਗੇ ਕੀ ਸੀ ਬੇਟਾ? ਮੈਂ ਜਿੱਥੇ ਵੀ ਦੇਖਾਂ ਬਸ ਤੂੰ ਦਿਸਦਾ, ਜਦੋਂ ਗਟਰ ਮੈਂ ਦੇਖਾਂ ਮੈਨੂੰ ਤੂੰ ਦਿਸਦਾ, ਉਹਦਾ ਢੱਕਣ ਪੁੱਠਾ ਕਰਾਂ ਮੈਨੂੰ ਤੂੰ ਦਿਸਦਾ, ਜਦੋਂ ਮੈਂ ਕੂੜੇ 'ਚ ਕੀੜਾ ਵੇਖਾਂ ਮੈਨੂੰ
ਆ ਦਿਸਦਾ ਜਦੋਂ ਮਰੂ ਚੋ ਮੈਂ ਸੁੰਡੀ ਕੱਢਾਂ ਤੂੰ ਦਿਸਦੀ ਜਦੋਂ ਮੈਂ ਕੋਈ ਗੰਢੋਇਆ ਆ ਦੇਖਾਂ ਜਿਉਣਾ ਦਿਸਦਾ ਵਾਹ 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 ਆਓ ਜੀ ਤੁਸੀਂ ਵੀ ਕਰੋ ਕਰੋ ਜੀ ਗਾਣਾ ਮੈਨੂੰ ਆਉਂਦਾ ਨਹੀਂ ਮਤਲਬ ਗਾਣਾ ਵਧੀਆ ਗਾ ਰਹੇ ਹੋ ਤੁਸੀਂ ਗੱਲਾਂ ਤੈਨੂੰ ਕਾਫੀ ਆਉਂਦੀਆਂ ਹਨ ਹਾਂ ਮੈਂ ਇਹਨੂੰ ਆਪਣੇ ਦਰਬਾਰ ਤੇ ਲੈ ਤੇ ਜਾਣਾ ਤੋਨਾ ਉੱਥੇ ਕੀ ਇਹਦੇ ਕੋ ਖੋਤੇ ਦੀ ਸਵਾਰੀ ਕਰਾਉਣੀ ਨਹੀਂ ਨਹੀਂ ਘੁੰਮਣ ਦੋ ਜੀ ਜਾਣ ਦੋ ਜਾਣਾ ਜਾਣਾ ਤੂੰ ਜਾ ਰਾਜ ਸਾਹਿਬ ਵੈਸੇ ਮੇਰੇ ਵੀ ਦਿਲ ਦੀ ਟੈਨਸ਼ਨ ਹੈ ਜੇ ਤੁਸੀਂ ਇਹਨੂੰ ਆਪਣੇ ਮਹਿਲ ਚ ਲੈ ਜਾਓ ਡੈਥ ਤੇ ਮੇਰੇ ਵੀ ਦਿਲ ਤੋਂ ਟੈਨਸ਼ਨ ਖਤਮ ਹੋਏਗੀ ਇਹ ਜਾ ਕੇ ਕੋਈ ਕੰਮ ਕਰੇਗਾ ਤੁਸੀਂ ਇਹਨੂੰ ਚਾਰ ਪੈਸੇ ਦਿਓਗੇ ਰੋਟੀ ਪਾਣੀ ਖਾ ਲਿਆ ਕਰੇਗਾ ਨਾ ਇੱਥੇ ਨਾ ਆਇਆ ਕਰੇਗਾ ਕੱਲ ਮੈਂ ਆ ਜਾਣਾ ਇੱਕ ਦਿਨ ਬਸ ਦੇਖਣ ਜਾਣਾ ਮਹਿਲ ਮਹਿਲ ਦੇਖਣ ਜਾਣਾ ਕਹਿੰਦਾ ਲਓ ਜੀ ਅਸੀਂ ਤੈਨੂੰ ਸਾਰਾ ਮਹਿਲ ਤਮਾਵਾਂਗੇ ਦੋ ਤੈਨੂੰ ਤੋਰੇ ਦੇ ਦਿਆਂਗੇ ਕੀ ਦੇ ਦੋ ਤੋਰੇ ਲਓ ਜੀ ਤੋਰੇ ਲੈ ਕੇ ਤੇ ਬਣਾਈ ਸ਼ਾਮ ਨੂੰ ਦਿਖਾ ਲਈ ਤੋਰੇ ਉਹ ਤੋਰੀਆਂ ਨਹੀਂ ਹੁੰਦੀਆਂ ਨਹੀਂ ਉਦਾਂ ਦੇ ਵੱਡੇ ਤੋਰੇ ਜਿਹੜੇ ਪੱਕ ਜਾਂਦੇ ਉਹੀ ਨਹੀਂ ਨਹੀਂ ਤੋਰੇ ਅੱਛਾ 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 ਸਮਝ ਗਈ ਹਾਂ ਉਹ ਘੋੜੇ ਕਹਿੰਦੇ ਹਾਂ ਘੋੜੇ ਜੀ ਉਹ ਕਿਹੜਾ ਕੋ ਦੂਜੇ ਘੋੜੇ ਵੀ ਹੁੰਦੇ ਹੀ ਉਹ ਕਿਤੇ ਉਹ ਨਾ ਖਾ ਬੈਠੀ ਵੈਸੇ ਰਾਜਾ ਜੀ ਤੁਸੀਂ ਪਤਾ ਕੀ ਕਰਿਓ ਜਿਹੜਾ ਮਹਿਲ ਦੇ ਬਾਹਰ ਨਹੀਂ ਲੱਗਾ ਹੁੰਦਾ ਇੱਕ ਮੂੰਹ ਜਿਹਾ ਲੱਗਾ ਹੁੰਦਾ ਉਹ ਲਾ ਕੇ ਇਹਦਾ ਮੂੰਹ ਵੱਢ ਕੇ ਲਾ ਦੇ ਉੱਥੇ ਲਾਓ ਜੀ ਉਹ ਤੇਰਾ ਮੂੰਹ ਦਰਦਾ ਹੁੰਦਾ ਇਹ ਦਰਦ ਪਹਿਲਾਂ ਲੱਗਾ ਹੁੰਦਾ ਦੁਬਾਰ ਨਹੀਂ ਤੇਰਾ ਲੱਦਾ ਹੁੰਦਾ ਉਹ ਤਾਂ ਦਰਦ ਤੁਹਾਡੇ ਕਾ ਲੱਗਾ ਹੁੰਦਾ ਉਹ ਤਾਂ ਭੈੜਾ ਜਾ ਗੇਟ ਤੇ ਦੋ ਸ਼ੇਰ ਹੁੰਦੇ ਆ ਹਾਂ ਇੱਕ ਪਟਾ ਕੇ ਇਹਨੂੰ ਲਾ ਦਿਓ ਇਹ ਥੇ ਥੋੜੀ ਪਿੱਤ ਬੋਲ ਤੁੱਤਾ ਇਹ ਥੇ ਥੋੜੀਆਂ ਇਹ ਤਾਂ ਸਾਡੀ ਤੋਹੀਨ ਹੋਊਦੀ ਤੇ ਦਾਦੇ ਨੇ ਤੁੱਤਾ ਦਿੱਤੇ ਹੋਇਆ ਅੱਛਾ ਕੀ ਰੱਖਣਾ ਚਾਹੁੰਦੇ ਹੋ ਅਸੀਂ ਕੋਈ ਵਧੀਆ ਦਾਨਮ ਹੋਵੇ ਫੇਰ ਇੱਥਾਂ ਦੇ ਤੁਸੀਂ ਆਪਣੇ ਆਪ ਨੂੰ ਰੱਖ ਲਓ ਫਿਰ ਮੈਂ ਤਾਂ ਲੈਂਦਾ ਹੀ ਹਾਂ ਕਾਹਦੀ ਦਲ ਤੀਤੀ ਨਹੀਂ ਮੈਨੂੰ ਇਹ ਦੱਸੋ ਕਿ ਇਹਨੂੰ ਤੁਸੀਂ ਵਿਆਹ ਚ ਨਹੀਂ ਆ ਕੇ ਕੀ ਕਰਾਉਂਗੇ ਤੁਸੀਂ ਲੈ ਤੇ ਚੱਲੇ ਹੋ ਨੇ ਇਹਦੇ ਤੋਂ ਅਸੀਂ ਕੋਲਿਆਂ ਦੇ ਪੈਰ ਥਾਪ ਕਰਾ ਚਲਾਂਗੇ ਕੋੜੇ ਦੇ ਪੈਰ ਤੇ ਕੀ ਪੈਡੀਕਿਉਰ ਕਰਾਣਾ ਕਰਨਾ ਤੁਸੀਂ ਨਹੀਂ ਹਾਂ ਕੋਲਿਆਂ ਦੇ ਪੈਰ ਤੇ ਮਹਿੰਦੀ ਲਵਾਇਆ ਤਾਨੀਆਂ ਕੀ ਅੱਗੇ ਕੋੜੇ ਤੁਹਾਡੇ ਜਵਾਨ ਹੋ ਗਏ ਵਿਆਹ ਕਰਨੇ ਉਹਨਾਂ ਦੇ ਜਦੋਂ ਤੋਰੇ ਸਾਡੇ ਫੁਲਤਾਰੀਆਂ ਹੁੰਦੀਆਂ ਨਾ ਫੁਲਤਾਰੀਆਂ ਉਹਨਾਂ ਤੇ ਡਿਜ਼ਾਈਨ ਪਾਇਆ ਤਾਨੇ ਆ ਵਾਹ 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 ਜਦੋਂ ਤੋਰੇ ਦੇ ਪੈਰ ਨੂੰ ਮਹਿੰਦੀ ਲੱਦੀ ਉਹ ਫੁਲਤਾਰੀ ਤੇ ਲੱਥੂ ਦਾ ਫੁਲਤਾਰੀ ਤੇ ਲੱਖੀ ਭੋਲੇ ਦਾ ਨਿਤਾਨ ਬਣ ਗਿਆ ਇਹ ਨਹੀਂ ਨਾ ਤੁਸੀਂ ਮਹਿੰਦੀ ਲਵਾ ਦੇਣੀ ਆਪਣੇ ਘੋੜਿਆਂ ਨੂੰ ਤੇ ਉਹ ਕਿਤੇ ਲੇਡੀ ਸੰਗੀਤ ਚ ਚੱਲ ਜਾਣ ਘੋੜੀ ਸੰਗੀਤ ਚ ਅੱਤਾ ਨਹੀਂ ਹੋ ਤਾਦਾ ਨਹੀਂ ਹੋ ਸਕਦਾ ਅਤੀ ਆਪ ਦਾਨੇ ਆ ਲੈ ਲੈ ਅੱਛਾ ਆਪਣਾ ਤੁਹਾਡੇ ਉੱਥੇ ਫਿਰ ਕਾਫੀ ਜਾਨਵਰ ਆ ਉਹਦੇ ਰਾਜਮਹਿਲ ਦੇ ਵਿੱਚ ਸਾਡੇ ਚੀਤੇ ਬਿੱਲੀਆਂ ਤੁੱਤੇ ਸੂਰ ਵੀ ਰੱਖੇ ਤੁਸੀਂ ਡੈਥ ਤੁਹਾਨੂੰ ਮਿਲਾ ਕੇ ਕਿੰਨੇ ਆ ਉੱਥੇ ਟੋਟਲ 15 ਮਤਲਬ ਮੈਨੂੰ ਥੱਦ ਤੇ ਫਿਰ 14 ਹੋਏ ਨਾ ਅੱਛਾ 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 ਵੇ ਠੀਕ ਹੈ ਮੈਂ ਤਾਂ ਲੱਥੇ ਆ ਹੈ ਮੈਂ ਤਾਂ ਲੱਥੇ ਆ ਆ ਤੇਰੇ ਤੇ ਲੱਥੇ ਪਏ ਹੋਣੇ 3-4 ਨਹੀਂ ਲੱਥੇ ਮੈਂ ਪਾਲਦਾ ਉਹਨਾਂ ਨੂੰ ਅੱਛਾ 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 ਕਿੱਦਾਂ ਪਾਲਦੇ ਹੋ ਮਤਲਬ ਕੀ ਪਾਉਂਦੇ ਹੋ ਸੂਰਾਂ ਨੂੰ ਜੇ ਤੁਸੀਂ ਕੁਝ ਖਾਣ ਲਈ ਪਾਉਣਾ ਹੋਵੇ ਮੈਂ ਥੱਦੇ ਨਾ ਆਪੇ ਤਰੇ ਹੁੰਦੇ ਆ ਅੱਛਾ ਬਸ ਕੈਸ਼ ਦੇ ਦਿੰਦੇ ਹੋ ਕਹਿੰਦੇ ਹੋ ਖਾ ਪੀ ਆਓ ਪਈ ਨਹੀਂ ਨਹੀਂ ਦਵਾ ਪੈਂਦੇ ਤੇ ਉਹ ਦੁੱਧ ਹੀ ਖਾਂਦੇ ਆ ਨਾ ਅੱਛਾ ਨੌਨ ਵੈਜ ਠੀਕ ਹੈ ਨੌਨ ਵੈਜ ਖਾਂਦੇ ਆ ਬਾਰੀ ਵਿੱਚ ਖੱਟਣ ਗਈ ਸੀ ਬਾਰੀ ਵਿੱਚ ਖੱਟਣ ਗਈ ਸੀ ਖੱਟ ਕੇ ਲਿਆਂਦੀਆਂ ਮੁੰਦੀਆਂ ਇਹ ਬੁੰਦੀਆਂ ਦਾ ਤੂੰ ਬੁੰਦੀਆਂ ਹਾਂਜੀ ਹਾਂਜੀ ਸਰ ਸਰ ਬਾਰੀ ਵਿੱਚ ਖੱਟਣ ਗਈ ਸੀ ਬਾਰੀ ਵਿੱਚ ਖੱਟਣ ਗਈ ਸੀ ਖੱਟ ਕੇ ਲਿਆਂਦੀਆਂ ਮੁੰਦੀਆਂ ਰੱਬ ਹੀ ਕਰਾਵੇ ਤਾਂ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਕੀ ਬਾਤ ਹੈ ਜੀ ਰੱਬ ਹੀ ਕਰਾਵੇ ਤੇ ਸਲਾਮਾਂ ਹੁੰਦੀਆਂ ਵਾਕਈ ਵਾਕਈ ਵਾਕਈ